पेरिस टेलीफिल्म्स, संगीत और फिल्म्स की दुनिया में चमकता नाम पेरिस टेलीफिल्म्स। सारे न्याणे स्कूल नू तुर गए। बे उठ जा। कोई ना, दस दिए तेरे प्यो नू, ओही ठीक करू तेनू। खबर सार ले लिया कर, 7 साल का हो गया लिटिया मंजे ते लोगों के पूरा पूरा जवाक है, पांचवी क्लास च पढ़ते है। न्याणा दी तां गल आपां बाद च करांगे, पहला तेरी खबर सार तां ले लां। बे परां मर, मेरी खबर सार लऊगा ए। क्यों, न्याणे न्याणे रह गए, तू नहीं हैगी जा, मैं नहीं हैगा। जा जा पहला उनू जगा। बे उठ जा। किन्नू ले दस गल्लां दा ऐ करदा जिवें 10-12 न्याणे होण। ना गां नू लालू प्रसाद है तू, यो तेरी इक लाज नहीं समझदी मेरे तो, तां डिप्टी दी गल करदी आ मैं। डिप्टी दी गल छड्ड, तू एक बार मौका तां देखा, देख लालू की मैं होर फौजी हां। हां मैनूं पता है, मैं जानदी हां तू किहो जिहा फौजी है, पहला उहनूं सिरे ला दे। कहनी है तां जानना फिर मैं। आयो दुखदा बहुत है यार। चल ओ डिप्टी, पुत खड़ा होए। बिपो उठ जा। उठता है कि नहीं? ये तो बाहर जाके नाटा।
ਓ ਸਾਡਾ ਕੋਈ ਕੰਮ ਨਹੀਂ, ਆ ਕੰਮ ਵੀ ਤੇਰੇ ਪਿੱਛੇ ਹੋਣ ਲੱਗਿਆ, ਰੋਲਾ ਪਾਇਆ ਸਵੇਰ ਦਾ, ਖੜਾ ਹੋ। ਇਹਨੂੰ ਬਣਾਵਾ ਮੈਂ ਲੋਟ। ਤੂੰ ਨੀ, ਇਹਨੂੰ ਮੈਂ ਠੀਕ ਕਰਦੀ ਆ, ਚੱਲ ਆ ਮੇਰੇ ਨਾਲ। ਜੇ ਨਹੀਂ ਤੇ ਜਾ, ਮੈਂ ਨਹੀਂ, ਚੱਲ ਆ ਜਾ। ਡਿਪਟੀ ਬਣਾਤਾ ਬੋਰ ਕਰਤਾ ਫੇਰ। ਬੇਬੇ ਪਾਣੀ ਕਾਹ ਖਰਾਬ ਕੀਤਾ ਹੈ, ਪਾਣੀ ਤਾਂ ਬਣ ਕੇ ਬੱਚੇ ਦਾ ਕਰੇ ਜੀ ਹੈ। ਆ ਦੇਖਿਆ, ਲਾਤ ਤਾਂ ਤੇਰੀ ਹੈ, ਹੋਰੇ ਤੋਂ ਮੈਂ ਕੀ ਉਮੀਦ ਕਰ ਸਕਦੀ ਹਾਂ। ਨਾ ਕੁਛ ਹੋਰ ਪਾਲਦੀ ਹੈ, ਦੇਵਾਂ। ਲੈ ਮੇਰਾ ਬੀਬਾ ਪੁੱਤ ਹੈ ਨਾ, ਬਾਲੇ ਸਿਆਣਾ ਮੇਰੇ ਲੱਡੂ ਦਾ ਹੈ ਨਾ। ਲੈ ਪੁੱਤ, ਐਂ ਨਹੀਂ ਕਰਦੇ ਹੁੰਦੇ ਹੈ ਨਾ, ਸਕੂਲ ਜਾਂਦੇ ਹੁੰਦੇ ਆ, ਤੇਰੇ ਨਾਲ ਦੇ ਸਾਰੇ ਜਵਾਕ ਦੇ ਕਿੰਨੀ ਕਿੰਨੀ ਕਲਾਸਾਂ 'ਚ ਹੋ ਗਏ ਹੈ ਨਾ। ਤੂੰ ਵੀ ਪੜ੍ਹੇਗਾ, ਵੱਡਾ ਬਣੇਗਾ ਹੈ ਨਾ, ਅਫਸਰ ਬਣੂਗਾ ਮੇਰੇ ਰਾਜਾ ਡਿਪਟੀ। ਮੈਂ ਕਿਹਾ ਸੁਣਦੇ ਹੋ, ਆ ਡਿਪਟੀ ਤਿਆਰ ਹੋ ਗਿਆ, ਸਕੂਲ ਛੱਡਿਆ ਹੋਇਆ ਇਹਨੂੰ। ਲਾ ਤਾ ਪੁੱਠਾ ਨੂੰ ਤੇਲ, ਬਾਤੇ ਬਾਲ। ਆਹੋ ਬਾਤੇ ਵਖਾਈ, ਸੁਣਿਆ ਮੁਖੜਾ। ਹਾਏ 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 ਹਾਏ, ਜਮਾਂ ਹੀ ਇਸ ਵਰਗਾ ਲੱਗਦਾ। ਛੱਡੋ ਜੀ, ਜੋਕਾ ਸਾਹਮਣੇ ਵੀ ਨਹੀਂ ਹਟਦੇ। ਚੱਲ ਮੇਰਾ ਰਾਜਾ, ਚੱਲ ਚੱਲ ਪੁੱਤ, ਚੱਲ ਪੁੱਤ, ਖੜਾ ਹੋ ਜਾ ਪੁੱਤ। ਚੱਲ ਮੇਰਾ ਡਿਪਟੀ, ਚੱਲ ਮੇਰਾ ਉੱਠੀ ਪੁੱਤ। ਵਾਹ ਬਸ, ਚੱਲ ਮੇਰਾ। ਤੈਨੂੰ ਕਾਹਨੂੰ ਡਰ ਲੱਗਦਾ ਪਿਆਰੀਏ? ਚੱਲ ਮੇਰਾ ਡਿਪਟੀ, ਉਹ ਨਾ ਮੇਰਾ ਪੁੱਤ ਐਂ ਨਹੀਂ ਕਰਦੇ ਹੁੰਦੇ ਨਾ। ਚਲੋ 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 ਚਲੋ, ਉਹ ਪੁੱਤ ਉੱਠ ਲੈ ਪੁੱਤ, ਲੈ ਪਾ। ਉਹ ਐਦਾਂ ਨਹੀਂ ਲੋਟਣਾ, ਤੂੰ ਫਰਾ ਹੋ ਯਾਰ, ਚੱਲ। ਹੇ ਮੇਰੇ ਰੱਬਾ, ਅੱਜ ਮੇਰੇ ਡਿਪਟੀ ਦੀ ਐਡਮਿਸ਼ਨ ਹੋ ਗਈ, ਦਾਖਲ ਹੋ ਜਾਏ ਕਿਤੇ ਇਹ। ਸੋਨੂ ਨੂੰ ਕੀ ਹੋ ਗਿਆ? ਉਹ ਫੌਜਣੇ, ਆ ਦੇਖ ਆ ਪਾਟ ਗਿਆ ਟਾਇਰ ਟੂਬ ਇਹਦਾ ਵੀ। ਕਿਹਨੇ ਕਰਤਾ ਪੰਚਰ? ਕੀ ਹੋ ਗਿਆ? ਆ ਦੇਖ ਤੇਰੀ ਝੁਕਾਉਣ ਦੇ ਕੀ ਹੋਇਆ, ਪੰਚਰ ਹੋ ਗਈ। ਕੋਈ ਨੀ, ਚੱਲ ਪੁੱਤ, ਅੱਜ ਤਾਂ ਸਕੂਲ ਜਾਣਾ ਹੀ ਪਊ, ਮੋਟਰਸਾਈਕਲ ਤਾਂ ਹੈਗਾ। ਚੱਲ ਫੌਜਣੇ, ਕਾਰ ਪੰਚਰ ਹੋਈ ਹੈ, ਮੋਟਰਸਾਈਕਲ ਤਾਂ ਨਹੀਂ ਪੰਚਰ ਹੋਇਆ। ਆਹੋ ਬਹਿ ਜਾ ਪੁੱਤ, ਆ ਜਾ ਪੁੱਤ, ਆ ਜਾ, ਪੁੱਛਣਾ ਬਿਠਾਇਆ ਨੂੰ। ਆ ਲੈ ਬਹਿ ਗਿਆ ਜੀ, ਚਲੋ। ਬੇ ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕਰ, ਅੱਜ ਮੇਰੇ ਡਿਪਟੀ ਨੂੰ ਸਕੂਲ ਦਾਖਲ ਕਰਾ ਕੇ ਆਉਣਾ, ਜਿਵੇਂ ਮਰਜ਼ੀ ਕਰ, ਮੈਂ ਚੱਲਦੀ ਹਾਂ। ਅਰੇ ਤਿਆਰ ਚੱਲ ਪਏ ਹੁਣ। ਆ ਫੌਜਣੇ, ਆ ਕਿੱਧਰ ਗਈ ਤੇਰਾ, ਆ ਤੇਰੀ ਸਕੂਟੀ ਚਾਬੀ ਲਿਆ। ਚੱਲ ਪੁੱਤ, ਆ ਚੱਲ, ਆ ਜਾ ਪੁੱਤ, ਆ ਜਾ, ਜਾਣ ਮੈਂ ਵੀ ਨਹੀਂ ਦਿੰਦਾ। ਇੱਕ ਚਾਬੀ ਹੋਰ ਹੈ ਪੁੱਤ, ਅਜੇ ਤਾਂ ਅੱਜ ਤਾਂ ਸਕੂਲ ਭੇਜ ਕੇ ਛੱਡੂ ਤੈਨੂੰ। ਪੈਟਰੋਲ ਤਾਂ ਆ ਰਿਹਾ ਹੁਣ, ਕਰ ਪੈਂਚਰ ਸਵਾਰੀ ਨੂੰ। ਇਹਦਾ ਕਰ ਕੀ ਕਰੂਗਾ ਤੂੰ? ਚੱਲ ਵਧੀ ਚੜਾਣਾ ਗੱਡੇ ਦੇ, ਮੇਰੇ ਕੋਲ ਹਰ ਚੀਜ਼ ਦਾ ਨਾਜ ਹੈ। ਆ ਜਾ ਫਿਰ, ਮੈਂ ਵੀ ਅੱਜ ਖੁਰਕਾ ਦਾ ਪਾਊਡਰ ਨਾ ਗਿਆ। ਆਨਾ ਫਿਰ ਕਿਉਂ ਜਾਂਦਾ 90 ਦੀ ਸਪੀਡ ਤੇ? ਆਉਂਦੇ ਨਜ਼ਾਰੇ, ਖਸਮਾ ਖੜ ਜਾ, ਆਪਣਾ ਸਕੂਲ ਤਾਂ ਪਿੱਛੇ ਨਿਕਲ ਗਿਆ ਓਏ। ਇਹਦਾ ਪਾਊਡਰ ਜਾਲ ਨਾ ਗਿਆ। ਓਏ ਬਸ 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 ਬਸ, ਓਏ ਡਿਪਟੀ ਚਲ ਓਏ 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 ਓਏ, ਕੀ ਹੋ ਗਿਆ ਉਹਨੂੰ? ਓਏ ਓਏ ਡਿਪਟੀ
ਜਾ ਖਸਮਾ ਖੜ ਜਾ ਉਹ ਰੁਕ ਜਾ ਗਿਰ ਡੱਗੂਗਾ ਮਾਨ ਜਾ ਮਾਨ ਜਾ ਔਰ ਖੜ ਜਾ ਮੋਤੀ ਉਹ ਖਸਮਾ ਰੁਕ ਔਰ ਡਿਪਟੀ ਚਲੋ ਮਾਸਟਰ ਜੀ ਮਾਸਟਰ ਜੀ ਸਤਿ ਸ੍ਰੀ ਅਕਾਲ ਬਸ ਵੀਰ ਆ ਗਏ ਦਰਸ਼ਨ ਕਰਨ ਤੇ ਬੈਠੋ 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 ਹੋਰ ਪਰਿਵਾਰ ਸਭ ਰਾਜੀ ਬਾਜੀ ਹੈ ਪਰਿਵਾਰ ਰਾਜੀ ਹੈ ਵੀਰ ਤੂੰ ਆਪਣਾ ਸੁਣਾ ਹਾਂ ਬਹੁਤ ਵਧੀਆ ਹੈ ਕਿਵੇਂ ਚੱਲਦਾ ਸਕੂਲ ਆਪਣਾ ਹਾਂ ਬਹੁਤ ਅੱਛਾ ਹੈ ਮਾਲਕ ਦੀ ਬਹੁਤ ਵਧੀਆ ਕਿਰਪਾ ਹੈ ਅੱਜ ਕਿਵੇਂ ਤੁਸੀਂ ਦਰਸ਼ਨ ਦਿੱਤੇ ਫੌਜੀ ਸਾਹਿਬ ਆ ਦਰਸ਼ਨ ਕਾ ਦੇ ਵੀਰ ਆ ਤੇਰੇ ਭਤੀਜੇ ਨੇ ਉਹ ਕਿੱਧਰ ਮਰ ਗਿਆ ਉਹ ਸਾਰੀ ਦਿਆ ਕਿੱਧਰ ਗਿਆ ਵੀਰ ਇਹਨੇ ਲਹੂ ਪੀ ਲਿਆ ਮੇਰਾ ਬੜੇ ਪਰੇਸ਼ਾਨ ਨਜ਼ਰ ਆ ਰਹੇ ਹੋ ਕੀ ਗੱਲ ਹੋਈ ਕੀ ਦੱਸਾਂ ਵੀਰ ਮਾਸਟਰ ਆ ਤੇਰੇ ਭਤੀਜ ਦਾ ਕਿਸੇ ਸਕੂਲ 'ਚ ਚਿੱਤ ਨਹੀਂ ਲੱਗਦਾ ਉਹ ਖੜ ਜਾ ਬਾਪ ਖੜ ਜਾ ਮੈਂ ਬੇਨਤੀ ਕਰਨਾ ਵੀਰ ਇਹਦੇ ਕੋਈ ਇਹੋ ਜਿਹਾ ਟੀਕਾ ਲਾ ਦੇ ਜਿਸ ਕਰਕੇ ਸਕੂਲ ਆਉਣਾ ਸ਼ੁਰੂ ਕਰ ਦੇ ਤੇਰੇ ਭਤੀਜੇ ਨੂੰ ਛੱਡ ਕੇ ਮੈਂ ਸਕੂਲ 'ਚ ਆਉਣਾ ਜਦੋਂ ਘਰ ਪਹੁੰਚਣਾ ਨਾ ਮੇਰੇ ਤੋਂ ਪਹਿਲਾਂ ਘਰ ਬੈਠਿਆ ਹੁੰਦਾ ਆ ਰੁਕ ਜਾ ਖਸਮਾ ਹੱਥ ਜੋੜ ਕੇ ਬੇਨਤੀ ਹੈ ਮੇਰਾ ਵੀਰ ਮੇਰੇ ਸਿਰ ਤੋਂ ਤੇਰੀ ਭਾਬੀ ਦਾ ਲੰਮ ਉਤਾਰ ਦੇ ਇਹ ਕਿਹੜੀ ਗੱਲ ਹੈ ਇਹਦਾ ਤਾਂ ਆਪਾਂ ਹੁਣੇ ਹੀ ਇਲਾਜ ਕਰ ਦਿੰਦੇ ਹਾਂ ਇਸ ਵਾਸਤੇ ਸੈਟ ਕਰੋ ਕਿ ਕੱਲ ਨੂੰ ਆਪਣੇ ਆਪ ਸਕੂਲ ਆਉਣ ਮੈਂ ਕਿਹਾ ਸਰ ਤੁਸੀਂ ਫਿਕਰ ਨਾ ਕਰੋ ਕੱਲ ਨੂੰ ਇਹ ਆਪਣੇ ਆਪ ਸਕੂਲ ਆਵੇਗਾ ਮਿਲਾ ਗਈ ਇੱਕ ਕੁੜੀ ਦਿਲ ਉੱਤੇ ਛਾ ਗਈ ਹੈਲੋ ਬੇਟਾ ਮੇਰੇ ਨਾਲ ਕਲਾਸ ਵਿੱਚ ਚੱਲੇਗਾ ਮੈਂ ਤੈਨੂੰ ਟੌਫੀ ਦਊਂਗੀ ਠੀਕ ਹੈ ਨਾ ਚਲ ਆ ਜਾ ਫਿਰ ਆ ਜਾ ਫਿਰ ਆ ਜਾ ਨਾ ਫੌਜੀ ਸਾਹਿਬ ਐਂ ਦੱਸੋ ਤੁਸੀਂ ਚਾਹ ਠੰਡਾ ਕੀ ਲਓਗੇ ਵੀਰ ਮੇਰਿਆ ਮੇਰੀ ਚਾਹ ਦੁੱਧ ਲੱਸੀ ਸਮਝ ਲਿਆ ਮੈਂ ਸਾਰਾ ਕੁਛ ਪੀ ਲਿਆ ਜੇ ਆਹ ਮੁੰਡਾ ਮੇਰਾ ਕਲਾਸ 'ਚ ਟਿਕ ਗਿਆ ਮਾੜਾ ਜਿਹਾ ਨਜ਼ਰ ਤਾਂ ਮਾਰ ਕੇ ਆਓ ਕਦੇ ਪੂਰੀ ਕਲਾਸ ਨੂੰ ਭੰਬਲ ਭੁੱਸੇ ਪਾਏ ਹੋਏ ਉਹ ਫੌਜੀ ਸਾਹਿਬ ਤੁਸੀਂ ਇਹ ਦਿਮਾਗ 'ਚੋਂ ਹੀ ਕੱਢ ਦਿਓ ਆਹ ਮੋਬਾਈਲ ਨੂੰ ਤੁਸੀਂ ਬੰਦ ਕਰੋ ਜੀ ਮੇਰੀ ਗੱਲਬਾਤ ਪੂਰੀ ਹੋ ਲੈਣ ਦਿਓ ਲਓ ਲਓ ਕੋਈ ਗੱਲ ਨਹੀਂ ਮੈਂ ਕਹਿ ਰਿਹਾ ਸੀ ਕਿ ਤੁਸੀਂ ਡਿਪਟੀ ਪਾਸੋਂ ਬਿਲਕੁਲ ਬੇਫਿਕਰ ਹੋ ਜਾਓ ਫੌਜੀ ਸਾਹਿਬ ਓਹੋ ਮਾਸਟਰ ਜੀ ਮੈਂ ਦੇਖੋ ਮੈਨੂੰ ਕੀ ਹੋ ਗਿਆ ਜੇ ਤੁਸੀਂ ਮੇਰੀ ਫੌਜਣ ਦਾ ਲਾਂਬਾ ਮੇਰੇ ਸਿਰ ਤੋਂ ਤਾਰ ਦਿਓ ਨਾ ਤੁਹਾਡੇ ਤਾਂ ਮੈਂ ਜੁਗ ਜੁਗ ਗੁਣ ਗਾਉਂ ਤੁਸੀਂ ਫੌਜੀ ਸਾਹਿਬ ਠੰਡ ਰੱਖੋ ਮੇਰੀ ਗੱਲ ਤਾਂ ਸੁਣੋ ਇਹ ਡਿਪਟੀ ਅੱਜ ਤੋਂ ਸਾਡਾ ਹੋਇਆ ਕੱਲ੍ਹ ਤੁਸੀਂ ਇਹ ਦੇਖਣਾ ਸਵੇਰੇ ਆਪਣੇ ਆਪ ਫਿੜਕੇ ਛਿੱਤਰ ਵਾਂਗੂ ਸਕੂਲ ਭੱਜਿਆ ਸੱਚੀ ਹਾਂ ਬਿਲਕੁਲ ਅੱਛਾ ਮਾਸਟਰ ਜੀ ਜਾਂਦਾ ਹੋਇਆ ਤੇ ਚੰਗਾ ਭਲਾ ਗਿਆ ਸੀ ਆ ਕੀ ਹੋ ਗਿਆ ਇਹਨੂੰ ਦੇਖਾਂਗਾ ਆ ਗਿਆ ਮੇਰਾ ਸ਼ੇਰ ਬੜਾ ਖੁਸ਼ ਹੈ ਲੱਗਦਾ ਮੇਰੇ ਪੁੱਤ ਦਾ ਚਿੱਤ ਲੱਗ ਗਿਆ ਸਕੂਲ 'ਚ
ਮੈਂ ਕਿਹਾ ਜੀ ਆ ਕੀ ਹੋ ਗਿਆ ਡਿਪਟੀ ਨੂੰ, ਹੈ ਦੱਸੋ ਲੈ ਇੱਥੇ ਪੈਰ ਹੀ ਨਹੀਂ ਪੁੰਜੇ ਲੱਗਦੇ, ਪੁੱਤ ਕਿੱਥੇ ਛੱਡ ਕੇ ਆਏ ਸੀ ਤੁਸੀਂ ਉਹਨੂੰ? ਮੈਂ ਤਾਂ ਸਕੂਲੇ ਛੱਡ ਕੇ ਆਇਆ। ਨਾ ਜੀ ਨਾ, ਮੈਨੂੰ ਤਾਂ ਇਹ ਲੱਗਦਾ ਇਹਨੂੰ ਕੋਈ ਓਪਰੀ ਕਸਰ ਹੈ। ਓ ਇਹਨੂੰ ਓਪਰੀ ਕਸਰ ਨਹੀਂ ਹੋਈ, ਇਹਨੂੰ ਤਾਂ ਸਕੂਲ ਵਾਲੀ ਕਸਰ ਹੋਈ ਹੈ। ਸਕੂਲ ਵਾਲੀ, ਇਹ ਤਾਂ ਸਕੂਲ ਵਾਲੀ ਪਰੀ ਨੂੰ ਮਿਲ ਕੇ ਆਇਆ। ਕਿਉਂ ਮੇਰਾ ਸ਼ੇਰ? ਨਾ ਜੀ ਨਾ, ਆਲਤੂ ਜਲਾਲ ਤੂੰ ਆਈ ਬਲਕ, ਆਲਤੂ ਆਲਤੂ ਜਲਾਲ ਤੂੰ ਆਈ ਬਲਕ, ਆਲਤੂ ਜਲਾਲ ਤੂੰ ਆਈ ਬਲਕ, ਆਲਤੂ ਜਲਾਲ ਤੂੰ ਆਈ ਬਲਕ। ਮੈਂ ਕਿਹਾ ਜੀ ਇਹ ਤੁਸੀਂ ਕਿੱਥੇ ਛੱਡਿਆ ਇਹਨੂੰ, ਹੈ ਇੰਨਾ ਖੁਸ਼ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਸੀ। ਇਹ ਤਾਂ ਸਕੂਲ ਜਾਣ ਤੋਂ ਇੰਨਾ ਡਰਦਾ ਸੀ, ਅੱਜ ਇਹ ਬੜਾ ਖੁਸ਼ ਹੋਇਆ ਫਿਰਦਾ। ਮੈਨੂੰ ਪਤਾ ਹੈ ਕਿਉਂ ਖੁਸ਼ ਹੈ, ਕਿਉਂ ਪੁੱਤਰਾ, ਜਾਏਗਾ ਨਾ ਸਕੂਲ। ਇਹ ਤਾਂ ਐ ਸੀ ਜਾਂਦਾ ਜਿਵੇਂ ਕਿਸੇ ਪਰੀਆਂ ਦੇ ਦੇਸ਼ 'ਚ ਆਇਆ ਹੋਵੇ। ਇਹ ਪਰੀ ਨਾਲ ਹੀ ਮਿਲ ਕੇ ਆਇਆ, ਪਰੀ ਨਾਲ ਕਿਉਂ ਆਇਆ ਨਾ ਮਿਲ ਕੇ। ਅੱਜ 5 ਵਜੇ ਸਨ। ਓਹੋ ਸਾਰੀ ਰਾਤ ਜਾਗਦੇ ਹੋਣਾਂਗੇ। ਕਿਹੜੇ ਕੱਪੜੇ ਪਾਈਏ ਅੱਜ ਫਿਰ? ਛੱਡ ਯਾਰ, ਅੱਜ ਫਿਰ ਅੰਗਨੈਣ ਦਾ ਸੂਟ ਕੱਢਣਾ। ਬਾਪੂ ਖੜਾ ਹੋ। ਬੇ ਪੁੱਤ ਆ ਤੈਨੂੰ ਕੀ ਹੋ ਗਿਆ, ਤੂੰ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਧਰ ਨੂੰ ਤੁਰ ਪਿਆ? ਸਕੂਲ। ਉਹ ਸਕੂਲ 'ਚ ਕਿਹੜੀ ਤੇਰੀ ਮਾਂ ਬੈਠੀ ਆ, ਸਕੂਲ 'ਚ ਕੌਣ ਆਊਗਾ ਇੰਨੀ ਛੇਤੀ? ਸਜਰੇ ਸਵੇਰੇ ਤਿਆਰ ਹੋ ਕੇ ਤੂੰ ਚੱਲ, ਉੱਥੇ ਮੈਡਮ ਆਊਗੀ। ਮੈਂ ਕਿਹਾ ਜੀ ਤੁਸੀਂ ਕਿੱਥੇ ਭਰਤੀ ਕਰਕੇ ਆਏ ਮੁੰਡੇ ਨੂੰ? ਮਾਸਟਰ ਦਾ ਟੀਕਾ ਸਹੀ ਲੱਗ ਗਿਆ ਪੁੱਤ ਮੇਰੇ। ਭਗਵਾਨ ਨੇ ਮੈਂ ਛੱਡਿਆ ਵਾ। ਕਿੱਥੇ ਛੱਡਿਆ ਮੈਨੂੰ ਦੱਸੋ ਤਾਂ ਸਹੀ, ਤੂੰ ਕਿੱਥੇ ਦਾਖਲ ਕਰਾ ਕੇ ਆਇਆ? ਪਹਿਲਾਂ ਤਾਂ ਸਕੂਲ ਦਾ ਕੋਰਸ ਨਹੀਂ ਸੀ ਲੰਘਦਾ ਤੇ ਹੁਣ ਲੈ ਆ 6 ਵਜੇ ਤਿਆਰ ਹੋਇਆ ਬੈਠਾ। ਉਹ ਡਿਪਟੀ ਆਹ ਗੱਲ ਦੱਸ ਪੁੱਤ, ਮੈਂ ਤੈਨੂੰ ਛੱਡ ਕੇ ਜਦ ਗਿਆ ਤੇ ਮੈਡਮ ਤੈਨੂੰ ਲੈ ਕੇ ਗਈ, ਉਸ ਤੋਂ ਬਾਅਦ ਕੀ ਹੋਇਆ ਹੋਏ? ਮੈਡਮ ਮੈਨੂੰ ਅੰਦਰ ਲੈ ਗਈ, ਅੰਦਰ ਆ ਕੇ ਮੈਨੂੰ ਬਹੁਤ ਪਿਆਰ ਕੀਤਾ। ਅੱਛਾ ਮੇਰੀ ਗੱਲ ਸੁਣੋ, ਮੈਂ ਨਾ ਤੈਨੂੰ ਰੋਜ਼ ਇੱਕ ਤੋਹਫ਼ੀ ਦਿਆ ਕਰੂੰਗੀ, ਤੂੰ ਮੈਨੂੰ ਦੋਸਤੀ ਕਰੇਗਾ? ਪਹਿਲਾਂ ਦੋਸਤੀ ਕਰ। ਵੈਰੀ ਗੁੱਡ, ਅੱਜ ਤੋਂ ਆਪਾਂ ਪੱਕੇ ਦੋਸਤ, ਠੀਕ ਹੈ ਨਾ? ਐ ਲੈ ਇੱਕ ਤੋਹਫ਼ੀ, ਪਹਿਲਾਂ ਕਿੱਛੀ ਦੇ, ਇੱਕ ਹੋਰ ਤੋਹਫ਼ੀ,
ਪਹਿਲਾਂ ਇਹ ਕਿੱਚੀ ਦੇ ਲੈ ਕਿੰਨਾ ਪਿਆਰਾ ਮੇਰੇ ਬੱਚਾ ਹੁਣ ਤੂੰ ਰੋਜ਼ ਸਕੂਲ ਆਇਆ ਕਰੇਗਾ ਨਾ ਹੈ ਨਾ ਜਲਦੀ ਜਲਦੀ ਮੇਰੇ ਕੋਲ ਹੈ ਨਾ ਆਪਾਂ ਹੁਣ ਅੱਛੇ ਦੋਸਤ ਬਣ ਗਏ ਨਾ ਇੱਕ ਟੋਫੀ ਹੋ ਰਹੀ ਬੱਚਾ ਚਲੋ ਫਿਰ ਪਾਓ ਜਾਪੀ ਆਪਾਂ ਦੋਸਤ ਬਣ ਗਏ ਤੇ ਫਿਰ ਅੱਜ ਤੇ ਅੱਜ ਫਿਰ ਮੇਰੀ ਵਾਰੀ ਮਾਸਟਰ ਤਿੰਨ ਨੰਬਰ ਜਾਇਆ ਮਾਸਟਰ ਤਿੰਨ ਨੰਬਰ ਜਾਇਆ ਰੁਕ ਇੱਧਰ ਆ ਤਿੰਨ ਨੰਬਰ ਕੀ ਹੁੰਦਾ ਮੈਂ ਕੀ ਕਰਾਂ ਮਾਸਟਰ ਜੀ ਦੋਨੋਂ ਇਕੱਠੇ ਆਏ ਐ ਮੈਂ ਜੀ ਜੁਆਇਨ ਕਰਨ ਆਇਆ ਮਾਸਟਰ ਕੁੜਾ ਰਾਮ ਆ ਜੁਆਇਨਿੰਗ ਲੈਟਰ ਜੀ ਹਾਂ ਮੈਂ ਕੁੜਾ ਰਾਮ ਮਾਸਟਰ ਜੀ ਕੀ ਕੀਤਾ ਤੁਸੀਂ ਮਿਊਜ਼ਿਕ ਟੀਚਰ ਹਾਂ ਜੀ ਨਿਆਣਿਆਂ ਨੂੰ ਮਿਊਜ਼ਿਕ ਸਿਖਾਉਣਾ ਮੈਂ ਸਾਰੇ ਗਾ ਮਾ ਪਾ ਮੇਰੇ ਪੜ੍ਹਾਈ ਤਾਂ PhD ਕਰ ਗਏ ਜੀ ਮੈਂ ਮਿਊਜ਼ਿਕ 'ਚ ਪ੍ਰਭਾਕਰ ਕੀਤੀ ਹੈ ਜੀ ਆ ਮੇਰਾ ਜੁਆਇਨਿੰਗ ਲੈਟਰ ਜੀ ਰਿਪੋਰਟ ਬਹੁਤ ਵਧੀਆ ਜੀ ਓਏ ਉਹ ਆ ਗਿਆ ਕੀੜਾ ਸੰਗੀਤ ਦੀ ਥਾਂ ਤੇ ਹਿਸਾਬ ਦੀ ਕਲਾਸ ਲਾਊਂਗਾ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਗਿਣਤੀ ਸਿਖਾ ਦਿਆਂ ਹਾਂ ਸਿੱਖੋ ਹੁਣ ਆ ਆਪਣੀ ਕਾਪੀਆਂ ਖੋਲੋ ਸਾਰੇ ਤੇ ਲਿਖੋ ਇੱਕ ਲਿਖਿਆ ਤੇ ਲਿਖੋ ਦੋ ਲਿਖਿਆ ਹਾਂ ਉਹ ਵੈਰੀ ਗੁੱਡ ਵੈਰੀ ਗੁੱਡ ਹੁਣ ਲਿਖੋ ਤਿੰਨ ਚਾਰ ਪੰਜ ਲਿਖਿਆ ਉਹਨੇ ਚੈੱਕ ਕਰਨ ਦਾ ਦਿਖਾ ਕੁੜੇ ਆ ਠੀਕ ਆ ਹਾਂ ਤੇਰਾ ਵੀ ਠੀਕ ਆ
तेरा भी ठीक है। ओए ओ आ तू की लिखा है हैं, खड़ जा, खड़ा हो वखा कॉपी वखा। ओए ओए आ तू की लिखा है हैं, मैं तन्नो एक दो लिखाई जानना ते तू आ लिखे जा, इधर आ इधर हैं, आ आ आ तू कीड़े मोड़े पाए ओए बाकी आ ओए। एक ए चुना, एक ए फूकनी ते एक ए रोटी। चुला फूकनी ते रोटी, और मैं एक तो तेने लिखाई जाना, तू लिखे जाना रोटी चुला ते फूकनी, और तू ज्यादा पढ़े लिखा हुए। मास्टर तेने आंदा पढ़ाना नहीं, पढ़ाना तो मैंने आंदा है। ओए तू मैंने कहंदा मैंने पढ़ाना नहीं आंदा, ओ मेरे प्यो दिया खसमा, हुन तू मैनू पढ़ा के खा, ओ मेरे पढ़ाए तक कर गया पीएचडी, हुन तू मैनू कहंदा मैनू पढ़ाना नहीं आंदा, इधर आ ओए इधर आ, आ तू मैनू पढ़ा के खा ओए, हुन लिख के दिखा तू कुछ लिखे ना। हुन एक फूकनी, फूकनी अच्छा, ते एक ए रोटी, हां एक फेर फूकनी, एक रोटी, ते फेर एक फूकनी, बन गया दो। बले 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 बले, आ बन गया ओ गड़े चोनिया लिया ना मेरे प्यो। ते ए एक पुट्ठा चुना, हां ऐ ना थने एक होर पुट्ठा चुना, ए बन गया टेंड। वाह मेरे पुत्रा, तू ता मैनू भी कराती पिया चढ़ी। ओ बच्चो नहीं सी रे, तो मैं तुम्हें गिणती सिखाता ओए, हुण तुसी लिखो गिणती। हसना नहीं ओए मास्टर दा मजाक नहीं उड़ाईता, हुण लिखो फूकनी चुल्ला ते फिर फूकनी। लिखो एक सीधा चूल्हा ते एक पुट्ठा चूल्हा, तेंड ना आ एक पुट्ठा चूल्हा ते नाल एक फूकनी बन गया चार। ते पंज एक पुट्ठा ते एक सीधा चूल्हा हो गया पंज। पेरिस टेलीफिल्म्स, संगीत और फिल्म्स की दुनिया में चमकता नाम पेरिस टेलीफिल्म्स। ओ डिप्टी तैनू पता है स्कूल च नवा मास्टर आ रहा। अपन नु की फर्क पैंदा है चाहे मास्टर आवे चाहे मैडम। तू खड़ा होए। ओ तेनू नहीं पता मैं क्लास च आया ते मास्टर दा स्वागत किवें करीदा। पता हुण मैं तेरा अगे स्वागत करन दई आ। ओ तेरा की नाम होए? उल्लू दा पट्ठा, खोता, गधा। चुप चुप। ओ तेनू बोलन दी अकल नहीं? ਮਾਟਰ ਜੀ ਬੋਲਣ ਦੀ ਅਕਲ ਹੈਗੀ ਆ ਮੈਨੂੰ, ਘਰੇ ਇਹੀ ਨਾਮਾਂ ਨਾਲ ਬੁਲਾਉਂਦੇ ਨੇ। ਉਹ ਤੇਰਾ ਕੋਈ ਹੋਰ ਨਾ ਹੈ ਨੀ? ਕਿਉਂ ਮਾਟਰ ਜੀ ਇਹ ਨਾਮ ਤੁਸੀਂ ਰੱਖਣੇ ਆ? ਉਹ ਮੂਰਖਾ ਮੈਂ ਤੈਨੂੰ ਪੁੱਛਿਆ ਤੇਰਾ ਸਕੂਲ ਚ ਕੀ ਨਾਂ ਆ? ਮੈਨੂੰ ਸਕੂਲ ਦਾ ਡਿਪਟੀ ਕਹਿੰਦੇ ਨੇ। ਉਹ ਚਲ ਚਲ ਬਹਿ ਸ਼ਾਂਤੀ ਨਾਲ। ਮਾਟਰ ਜੀ ਸ਼ਾਂਤੀ ਨਾਲ ਤਾਂ ਟਿੰਕੂ ਬੈਠਿਆ, ਪੂਜਾ ਨਾਲ ਬਹਿ ਜਾ। ਉਹ ਬਹਿ ਜਾ। ਮਾਟਰ ਜੀ ਤਿੰਨ ਨੰਬਰ ਜਾਇਆ ਵਾ। ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ। ਆ ਛੀ ਕਿਹੜਾ? ਮੈਂ ਬੋਲਾ ਤੇ ਪਹਿਲੇ ਗਾਣੀ ਬੋਲਾ, ਆਪਾਂ ਡਰਦੇ ਆ। ਚੱਲ ਬਾਹਰ ਆ ਯਾਰ, ਮੇਰੀ ਤਾਂ ਵਿੱਚੇ ਨਿਕਲੀ ਜਾਂਦੀ ਹੈ। ਉਹ ਆ ਜਾ ਮਹਾਂ।
एक बार आ जा 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 जोर लगा के आई आना यार एक मिनट रुक जो क्यों गेट खड़काया हड़े काम तो बन लें दो जोर लगा के आई लगी रवे सेल मजा आजू कली पड़ास निकली जान डई आ मेरे सपनों की रानी कबे ओ कंजरा बाहर निकलाए ओ आंधा यार एक करी कान तो बन लेन दो एक बार आ जा 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 झलक दिख ला जा झलक दिख ला जा बन गया ओए कम एक गद्दा गीत होर ला दिए मजा ही आ जू केरा ता ए लगदा सी जे करनाल वाले बाईपास ते जाम ही लग रिया सी आ हाय रब्बा पहले किते काम बना दंदा बच्चो तुहानू पता है असी रोज सवेरे एक नवी सिक्ख्या लेंदे आ ओ डिप्टी बोधी सदाओ मुंह सदा करके बैठ तुसी अज सारे मेरे नाल वादा करो कि तुसी आप तो वड्डिया दी इज्जत करोगे हां जी मास्टर जी करांगे जरूर करांगे रोज सवेरे उठ के आप तो वड्डिया नू पैरी हाथ लाओगे हाँ जी मास्टर जी करांगे जरूर करांगे कुछ भी खान पीन तो पहला पहले आप तो वड्डिया नू खवाओगे फिर आप खाओ पियोगे करांगे जरूर करांगे यार डिप्टी एह मास्टर रोज रंगे बिरंगे खाने खाते हैं फिर मेरे तो नहीं चलिया जाता यार डिप्टी कुछ कर यार कुछ कर भी यार यार कुछ कर की वेखन डे कुछ कर ना कुछ कर यार आजा चल बड़े जिद्दी ने मेरा गला पट्टन आ गया भरावा टस तो मस नहीं हुए मैं तो जी खाना नहीं खाना मैं तो हुणे ब्याह खा गया जी मैं तो नहीं खाना खाना ओ यार तू तो अगे मेरे नाल धक्का करी जांदे सीगे मेरा तो अगे नहीं दिल करदा रोटी खाण दा यार मैं तो भूल ही गया मैं तो डाइटिंग दी सी तुसी खाना खाओ मैं हुणी आई मैं तो आप याद आ गया यार मेरे तो घर वाली दा जो वरत है खाला काका खीर लाला नजारे मसा पजाए ने ਤੁਸੀਂ ਕੱਲ ਦੀ ਤਰ੍ਹਾਂ ਅੱਜ ਫੇਰ ਮੇਰੇ ਨਾਲ ਵਾਅਦਾ ਕਰੋ ਰਹਿਣ ਦੋ ਮਾਟਰ ਜੀ ਕੱਲ ਤੁਹਾਡੀ ਸਿੱਖਿਆ ਨੇ ਸਾਡੇ ਘਰ ਪਵਾੜੇ ਪਵਾਤੇ ਉਹ ਸਿੱਖਿਆ ਨਾਲ ਵੀ ਕਦੀ ਪਵਾੜੇ ਪੈਂਦੇ ਆ ਤੂੰ ਜ਼ਰੂਰ ਕੋਈ ਗਲਤ ਕੰਮ ਕੀਤਾ ਹੋਣਾ ਤੁਸੀਂ ਆਪ ਹੀ ਤਾਂ ਕਿਹਾ ਸੀ ਮਾਟਰ ਜੀ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਵੱਡਿਆਂ ਨੂੰ ਦੇਣਾ ਤੇ ਮੈਂ ਉਹੀ ਕੀਤਾ ਉਹ ਕੀ ਕੀਤਾ ਤੂੰ ਮੇਰਾ ਪਾਪਾ ਕਹਿੰਦਾ ਓ ਡਿਪਟੀ ਉਹ ਪੁੱਤਰਾ ਥੱਕ ਗਿਆ ਸਾਫ਼ ਕਰਦਾ
ਉਹ ਮਾੜੇ ਦਾ ਟੋਨਿਕ ਲਿਆ ਓ ਫੌਜਣੇ ਓ ਡਿਪਟੀ ਆ ਪੁੱਤਰਾ ਆ ਚੱਕ ਬਾਪੂ ਤੇਰਾ ਟੋਨਿਕ ਲਿਆ ਪੁੱਤਰ ਹੈ ਉਹ ਖੋਤੇ ਦੇ ਆ ਪੁੱਤਰਾ ਇੰਨਕ ਕੱਲ ਤੱਕ ਤਾਂ ਇੱਥੇ ਸੀ ਹੁਣ ਇੱਥੇ ਕਿਵੇਂ ਪਹੁੰਚ ਗਈ ਓਏ ਕਿੱਧਰ ਗਈ ਮੇਰੀ ਆ ਟੋਨਿਕ ਕਿੱਧਰ ਹੈ ਬਾਪੂ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਆ ਤੂੰ ਕੀ ਕਰਿਆ ਓਏ ਹੈ ਉਹ ਮੇਰੇ ਵਾਲਾ ਟੋਨਿਕ ਤੂੰ ਬਾਪੂ ਨੂੰ ਦਿੱਤਾ ਕੱਲ ਸਾਡੇ ਮਾਸਟਰ ਨੇ ਸਿੱਖਿਆ ਦਿੱਤੀ ਸੀ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਵੱਡਿਆਂ ਦਿਓ ਮੈਂ ਤਾਂ ਬਸ ਮਾੜੀ ਜਿਹੀ ਇੱਜ਼ਤ ਕੀਤੀ ਸੀ ਉਹ ਆ ਇੱਜ਼ਤ ਤੋਂ ਉਹਦੀ ਖੜ ਜਾ ਤੂੰ ਓਏ ਮੂਰਖਾ ਉਹ ਸਿੱਖਿਆ ਦਾ ਇਹ ਮਤਲਬ ਵੀ ਤੁਸੀਂ ਨਸ਼ੇ ਕਰੋ ਤੁਸੀਂ ਅੱਜ ਫਿਰ ਮੇਰੇ ਨਾਲ ਵਾਅਦਾ ਕਰੋ ਵੀ ਤੁਸੀਂ ਕਦੇ ਨਸ਼ੇ ਨਹੀਂ ਕਰੋਗੇ ਹਾਂਜੀ ਮਾਸਟਰ ਜੀ ਅੱਜ ਤੋਂ ਬਾਅਦ ਇਦਾਂ ਨਹੀਂ ਕਰਾਂਗੇ ਮੀਟ ਸ਼ਰਾਬ ਕਦੀ ਖਾਓ ਪੀਓਗੇ ਨਹੀਂ ਹਾਂਜੀ ਮਾਸਟਰ ਜੀ ਅੱਜ ਤੋਂ ਬਾਅਦ ਇਦਾਂ ਨਹੀਂ ਕਰਾਂਗੇ ਮੁੰਡੇ ਖਾਸ ਕਰਕੇ ਧਿਆਨ ਦਿਓ ਵੀ ਵੱਡੇ ਹੋ ਕੇ ਕਦੀ ਕੁੜੀਆਂ ਮਗਰ ਨਹੀਂ ਜਾਓਗੇ ਹਾਂਜੀ ਮਾਸਟਰ ਜੀ ਤੁਸੀਂ ਜਿਵੇਂ ਕਹਿ ਰਹੇ ਉਦਾਂ ਕਰਾਂਗੇ ਤੇ ਦੇਸ਼ ਵਾਸਤੇ ਹੱਸਦੇ ਹੱਸਦੇ ਜਾਨ ਦੇ ਦਿਓਗੇ ਉਹ ਦੇ ਦਿਆਂਗੇ ਮਾਸਟਰ ਜੀ ਦੇ ਦਿਆਂਗੇ ਇਹੋ ਜਿਹੀ ਜਾਨ ਦਾ ਰੱਖ ਕੇ ਕਰਨਾ ਵੀ ਕੀ ਜੋ ਸਾਰੀ ਜ਼ਿੰਦਗੀ ਕੁਛ ਕਰਨਾ ਹੀ ਨਹੀਂ ਖੜਿਓ ਕੀ ਕਰੀ ਜਾਨਾ ਇੱਧਰ ਆ ਉਹ ਤਿਲੰਗਿਆ ਜਾਇਆ ਇੱਧਰ ਆ ਜਾ ਹੁਣ ਤਾਂ ਮੇਰੇ ਨਾਲ ਗਾਏਗਾ ਹੈਂ ਟਮਾਟਰ ਜੀ ਓਕੇ ਬੋਲ ਆ ਕੀ ਕਰੀ ਜਾਨਾ ਤੂੰ ਕਹਿ ਮੈਂ ਕਿਹਾ ਪੁੱਤ ਇੱਦਾਂ ਬੋਲ ਟੀਚਰ ਬਣੋਗੇ ਤੁਸੀਂ ਤੂੰ ਆਏ ਇੱਕ ਵਾਰੀ ਫਿਰ ਪੁੱਤ ਮੇਰੇ ਆ ਚਿੱਥੇ ਗਾਲੇ ਤੋਂ ਗਾਣਾ ਪੁੱਤ ਆਪਾਂ ਆਏ ਆਪਣਾ ਸਕੇਲ ਲੱਖਾਂ ਕੋਹਾਂ ਤੋਂ ਆਂਦੇ ਚਲ ਕੇ ਲੱਖਾਂ ਕੋਹਾਂ ਤੋਂ ਆਂਦੇ ਚਲ ਕੇ ਵਾਹ ਪੁੱਤ ਵਾਹ ਜੀ ਕਰਦਾ ਮਰ ਖਿੱਚ ਕੇ ਚੰਡ ਤੇਰੇ ਅਸੁਰ ਚ ਰਹਿ ਨਾ ਤੂੰ ਆ ਮੈਨੂੰ ਇੱਕ ਵਾਰੀ ਹੋਰ ਸੁਣ ਪੁੱਤ ਲੱਖਾਂ ਕੋਹਾਂ ਤੋਂ ਆਂਦੇ ਚਲ ਕੇ ਕਾ ਪੁੱਤ ਲੱਖਾਂ ਕੋਹਾਂ ਤੋਂ ਆਂਦੇ ਚਲ ਕੇ ਲੱਖਾਂ ਕੋਹਾਂ ਤੋਂ ਆਂਦੇ ਚਲ ਕੇ ਲੱਖਾਂ ਕੋਹਾਂ ਤੋਂ ਆਉਂਦੇ ਚੱਲ ਕੇ ਆ ਪੁੱਤੇ ਤਾਂ ਨੀ ਮਾੜਾ ਜਾ ਉੱਚਾ ਕਰ ਸਕੇਲ ਉੱਚਾ ਕਰ ਲੱਖਾਂ ਕੋਹਾਂ ਤੋਂ ਆਉਂਦੇ ਚੱਲ ਕੇ ਲੱਖਾਂ ਕੋਹਾਂ ਤੋਂ ਆਉਂਦੇ ਚੱਲ ਕੇ ਅੱਜ ਕੀ ਕਰੀ ਜਾਂਦਾ ਹੋਵੇ ਲੱਗਦਾ ਮੈਨੂੰ ਤਾਂ ਮੇਰਾ ਵੀ ਮਿਊਜ਼ਿਕ ਭੁੱਲ ਜੂ ਆ ਪੁੱਤ ਸੁਰ ਚ ਰਹਿ ਸੁਰ ਚ ਹੁਣ ਆਪਾਂ ਦੁਬਾਰਾ ਕਰਨੇ
ਲੱਖਾਂ ਤੋਂ ਹੱਥੋਂ ਆਉਂਦੇ ਚੁੱਲ ਕੇ ਲੱਖਾਂ ਕੋਹਾਂ ਤੋਂ ਆਉਂਦੇ ਚੱਲ ਕੇ ਮੰਦੇ ਵਿੱਚੋਂ ਮੈਲ ਕੱਢ ਕੇ ਮਨ ਦੇ ਵਿੱਚੋਂ ਮੈਲ ਕੱਢ ਕੇ ਮਨ ਦੇ ਵਿੱਚੋਂ ਮੈਲ ਕੱਢ ਕੇ ਮਨ ਦੇ ਵਿੱਚੋਂ ਮੈਲ ਕੱਢ ਕੇ ਓ ਪੁੱਤ ਮੈਲ ਕਿਹੜੀ ਕੱਢੀ ਜਾਂਦਾ ਤੂੰ ਸੁਰ ਚ ਰਹਿ ਕੇ ਮੈਲ ਕੱਢ ਆ ਬੋਲ ਇਹਦਾ ਬੋਲ ਪੁੱਤ ਮਨ ਦੇ ਵਿੱਚੋਂ ਮੈਲ ਕੱਢ ਕੇ 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 ਆਇਓ ਮੇਰੇ ਯਾਰੋ ਓ ਪੁੱਤ ਇੱਦਾਂ ਨੀ ਸੁਰ ਚ ਰਹਿ ਕੇ ਗੋਲ ਸੁਰ ਚ ਰਹਿ ਕੇ ਬੋਲ ਪੁੱਤ ਮਨ ਦੇ ਵਿੱਚੋਂ ਮੈਲ ਕੱਢ ਕੇ ਮਨ ਦੇ ਵਿੱਚੋਂ ਮੈਲ ਕੱਢ ਕੇ ਪੁੱਤ ਆ ਦਇਆ ਕਰ ਮੇਰੇ ਤੇ ਤੁਸੀਂ ਮੇਰੇ ਤੇ ਜ਼ੋਰ ਲਾਈ ਜਾਂਦੇ ਹੋ ਮਨ ਦੇ ਵਿੱਚੋਂ ਮੈਲ ਕੱਢ ਕੇ ਮਨ ਦੇ ਵਿੱਚੋਂ ਮੈਲ ਕੱਢ ਕੇ ਤੁਸੀਂ ਆਪਦੇ ਮਨ 'ਚ ਹੱਥ ਮਾਰ ਕੇ ਦੇਖੋ ਕਿਤੇ ਮੈਲ ਉੱਧਰ ਤਾਂ ਨਹੀਂ ਫਸੀ ਯਾਰ ਬੜੇ ਦਿਨ ਹੋ ਗਏ ਆ ਬਾਹਰ ਤਾਂ ਕੁਝ ਖਾਧਾ ਨਹੀਂ ਹੈ ਸਿਹਤ ਵੀ ਘਟਣ ਲੱਗ ਪਈ ਆ ਉਹ ਨਿਆਣਿਓ ਧਿਆਨ ਨਾਲ ਗੱਲ ਸੁਣੋ ਯਾਰ ਸਾਰੇ ਮੇਰੀ ਉਹ ਸਵੇਰੇ ਤੁਸੀਂ ਸਕੂਲ ਆਉਣ ਵੇਲੇ ਨਾ ਮੇਰੇ ਵਾਸਤੇ ਘਰੋਂ ਕੁਝ ਖਾਣ ਪੀਣ ਲਈ ਲੈ ਕੇ ਆਉਣਾ ਠੀਕ ਹੈ ਇੱਕ ਬੱਚੇ ਨੇ ਇੱਕ ਚੀਜ਼ ਲਿਆਉਣੀ ਖਾਣ ਪੀਣ ਲਈ ਠੀਕ ਆ ਬਾਈ ਜਿਹੜੀ ਮਰਜ਼ੀ ਚੀਜ਼ ਲਿਆਇਓ ਸੁਣ ਲਈ ਮੇਰੀ ਗੱਲ ਟਮਾਟਰ ਜੀ ਕੱਲ੍ਹ ਤੁਹਾਡਾ ਭੋਗ ਹੈ ਉਹ ਤੂੰ ਪੁੱਠਾ ਹੀ ਜਵਾਬ ਦਿਆ ਕਰ ਤੇ ਦਿਮਾਗ ਖਰਾਬ ਆ ਭੋਗ ਆ ਵੈਸੇ ਕਹਿਣ ਦੇ ਖਾਣ ਪੀਣ ਲਈ ਲੈ ਕੇ ਆਈ ਸਵੇਰੇ ਕੋਲੋਂ ਕੁਝ ਟਮਾਟਰ ਜੀ ਮੈਂ ਤਾਂ ਕੁਝ ਨਹੀਂ ਲੈ ਕੇ ਆਉਂਦਾ ਜੀ ਕਿਉਂ ਲੈ ਕੇ ਕਿਉਂ ਨਹੀਂ ਆਉਣਾ ਟਮਾਟਰ ਜੀ ਅਸੀਂ ਤਾਂ ਪੜੋਸੀਆਂ ਚੱਕ ਕੇ ਖਾਂਦੇ ਆ ਬੱਚਿਆਂ ਤਾਂ ਲੈ ਕੇ ਆਵਾਂਗੇ ਦਿਮਾਗ ਖਰਾਬ ਹੈ ਵਾਹ 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 ਨਿਆਣਿਆਂ ਨੇ ਲੈ ਹੀ ਆਉਂਦਾ ਖਾਣ ਪੀਣ ਵਾਸਤੇ ਸਮਾਨ ਹੈ ਵਾਹ ਜੀ ਵਾਹ ਦਲੀਆ ਓਏ ਦਲੀਆ ਵਾਹ ਜੀ ਵਾਹ ਚੌਲ ਦਹੀਂ ਓਏ ਗੰਦਾ ਜਿਹਾ ਡੱਬਾ ਕਿਹਦਾ ਓਏ ਉਹ ਕਿਹਦਾ ਡੱਬਾ ਹੀ ਗੰਦਾ ਜਿਹਾ ਓਏ ਮਾਸਟਰ ਜੀ ਡਿਊਟੀ ਨੇ ਲਿਆਂਦਾ ਹੈ ਡਿਊਟੀ ਦਾ ਓਏ ਓਏ ਇਹਨੇ ਪੁੱਠੇਗਾ ਵੀ ਖੜਾ ਓਏ ਖੜਾ ਹੋ ਤੂੰ ਜਰਾ ਓਏ ਆ ਗੰਦਾ ਜਿਹਾ ਡੱਬਾ ਤੇਰਾ ਉਲੂ ਦਿਆ ਪੱਠਿਆ ਹਾਂਜੀ ਮਾਸਟਰ ਜੀ ਓਏ ਹੋਏ ਓ ਤੂੰ ਤਾਂ ਕਹਿੰਦਾ ਸੀ ਮੇਰੇ ਘਰ 'ਚ ਕੁਝ ਹੈਗਾ ਹੀ ਨਹੀਂ ਖਾਣ ਪੀਣ ਲਈ ਓਏ ਦਰਅਸਲ ਮਾਸਟਰ ਜੀ ਰਾਤ ਬਿੱਲੀ ਦੁੱਧ ਜੂਠਾ ਕਰ ਗਈ ਤੇ ਮਾਂ ਕਹਿੰਦੀ ਬਾਹਰ ਛੱਡ ਦੇ ਬਾਹਰ ਕੁੱਤੇ ਨੂੰ ਪਾਉਣ ਨਾਲ ਚੰਗਾ ਮੈਂ ਆਪਦੇ ਮਾਟਰ ਲਈ ਲੈ ਜਾਂਦਾ ਓਏ ਹੋਏ ਹੋਏ ਤੂੰ ਪੁੱਠੇ ਕਰੇ ਓ ਪੋਲੇ ਸੁੱਟੋ ਡੱਬੇ ਨੂੰ ਥੱਲੇ ਓ ਮਾਟਰ ਜੀ ਡੱਬਾ ਨਾ ਸੁੱਟੋ ਡੱਬਾ ਨਾ ਸੁੱਟੋ ਕਿਉਂ ਮੇਰਾ ਬਾਪੂ ਸਿਰ ਇਸ ਡੱਬੇ ਲੈ ਕੇ ਉਹ ਕਰਨ ਜਾਂਦਾ ਜੀ ਉਹ ਕਰਨ ਜਾਂਦਾ ਕੀ ਕਰਨ ਜਾਂਦਾ ਉਹੀ ਉਹੀ ਕੀ ਟੱਟੀ ਕਰਨ ਜਾਂਦਾ ਜੀ ਟੱਟੀ ਕਰਨ ਮਾ ਕੀ ਹੱਥ ਲਵਾਤਾ ਜੀ ਓਏ ਭੋਜਨ ਖਵਾ ਦੇ ਹੁਣ ਰੋਟੀ ਰਾਟੀ ਕੀ ਗੱਲ ਆ ਜੀ ਸਾਰੀ ਦਿਨ ਤੂੰ ਰੋਟੀਆਂ ਪਿੱਛੇ ਪੈ ਰਹਿੰਦੇ ਕਦੇ ਮੇਰੇ ਬਾਰੇ ਵੀ ਸੋਚੇ ਆ ਬਈ ਤੇਰੀ ਰੋਟੀ ਅੱਜ ਤਾਂ ਮੈਂ ਤੇਰੇ ਹੀ ਪਿੱਛੇ ਆ ਹੁਕਮ ਕਰੋ ਮਾਲਕੋ ਕੀ ਸੇਵਾ ਕਰੀਏ ਤੁਹਾਡੀ ਜਾਓ ਜੀ ਤੁਹਾਨੂੰ ਕੀ ਪਤਾ ਤੁਹਾਡੇ ਬਿਨਾਂ ਮੈਂ ਦਿਨ ਕਿਵੇਂ ਕੱਢੇ ਕਿਵੇਂ ਕੱਢੇ ਇਹ ਗੱਲ ਨੂੰ ਨਾ ਹਾਸੇ 'ਚ ਲੈ ਲੈਂਦੇ ਹੋ ਬਸ ਤੁਸੀਂ ਵੀ ਫੋਜਣੇ ਤੂੰ ਨਹੀਂ ਜਾਣਦੀ ਫੋਜਣੇ ਜਦੋਂ ਅਸੀਂ ਫੋਜੀ ਹੁੰਦੇ ਹਾਂ ਨਾ ਤਾਂ ਦੋਹੀ ਚੀਜ਼ਾਂ ਯਾਦ ਰਹੇ ਇੱਕ ਆਪਣਾ ਦੇਸ਼ ਅਤੇ ਦੂਜੀ ਆਪਣੀ ਫੌਜਾਂ ਡਿਪਟੀ ਵੀ ਨਹੀਂ ਤੁਹਾਨੂੰ ਇਕੱਲਾ ਛੱਡਦਾ ਹੋਣਾ ਬਹੁਤ ਸ਼ੈਤਾਨ ਹੈ
गए मेरे डिप्टी पुत। चंगा पुत, मैं एक गल तो दस। मैं अखबार फोटो जी देखी सी जवाकों की, फंक्शन फुंक्शन की। तू नहीं कदे भाग लिया फंक्शन फुंक्शन च? लिया सी बेबे, लिया सी। लिया सी? कदों लिया सी? मैं तो दस्या नहीं। तू 26 जनवरी ते लिया सी बेबे। अच्छा, की कीता सी फिर मेरे पुत ने? कोवार च बजा बजा कराती सी। मैं हल गीत लाया ही सी। जग्गा जम्मिया ते लैतियां दवाइयां, जग्गा जम्मिया, जग्गा जम्मिया ते लैतियां दवाइयां, जग्गा जम्मिया, कबड्डा हो गया मजा चारदा जगया, जे तेरा ढिड दुखदा जाके हगया, जाके हगया। बे मूर्खा, ओ तेरी बहजा बहजा नहीं सी होई, तेरी बेइज्जती होई सी। जमाव दे प्यो ते गया। पता नहीं बेबे केरा ता बैजे बैजे कराती ना। ओ पोले, इस बोर्ड दा की मतलब है? यारा, इस बोर्ड दा है मतलब है कि जद भी स्कूल च कोई जरूरी सूचना होए इदे ते लिखी जांदी है। जिद्दां कि कोई फंक्शन हो गया, अपना कोई छुट्टी हो गई, इदे ते ओ लिखिया जांदा है। अच्छा। मास्टर जी, अरे स्कूल विच की गल हो गई? कोई बच्चा ही नजर नहीं आ रहा। पता नहीं, आज तक कोई छुट्टी भी नहीं हैगी। पता नहीं की हो गया, बच्चे आए क्यों नहीं? मेरी तो समझ विच कुछ नहीं आ रहा। डिप्टी भी नहीं आया। मास्टर जाओ अपनी क्लासां च। क्लासां जाके की करांगे? बच्चा तक स्कूल विच आया ही नहीं। नमस्ते मास्टर जी। की गल मास्टर जी, 9 बजन नु आ गए, न्याणा एक भी नहीं दिखदा। ओ पता नहीं गल की होई आ, आज तक कोई छुट्टी भी नहीं सी हैगी। मैं तो खुद बहुत परेशान आ। ओ हेडमास्टर साहब, ये चक्कर की होया? पता नहीं यार। चल यार चल, तू तो चल क्लास। ओ चल, तू तो चल। मास्टर जी आगे लिखिया? की लिखिया होया? कल हेडमास्टर दे बापू दा भोग है। ओ हेडमास्टर साहब, ओ आ की ताडे बापू दा भोग पाया होया, इसलिए कल दी छुट्टी है। केड़े कंजर दा काम है? हुण मैं की करा मास्टर जी? ओ तू कल्ला इत्थे हुण की करेगा? चल जा, तू भी दफा हो इत्थों। नाले अपा सियाने बन गए, नाले अपा छुट्टी कराती है ना मौजा। बोले यार, आ की लिखे है? की आहा आहा लिखे है? बहादुर समय का इंतजार नहीं कर दे। हम जाया Thank you.
ਮਾਸਟਰ ਜੀ ਆਪਾਂ ਤਾਂ ਜਮਾ ਹੀ ਮਾਰੇ ਜਾਵਾਂਗੇ ਜੇ ਬੱਚੇ ਨੂੰ ਕੁਛ ਹੋ ਗਿਆ ਤਾਂ। ਨਹੀਂ ਕੋਈ ਗੱਲ ਨਹੀਂ ਮਾਸਟਰ ਜੀ, ਇਹ ਜੀ ਘਬਰਾਉਣ ਵਾਲੀ ਗੱਲ ਨਹੀਂ ਹੈ, ਇਹ ਛੋਟੀਆਂ ਮੋਟੀਆਂ ਗੱਲਾਂ ਆਮ ਬੱਚਿਆਂ ਵਿੱਚ ਹੁੰਦੀਆਂ ਨੇ। ਹਾਂ ਮੈਂ ਉਹੀ ਗੱਲ ਕਹਿ ਰਿਹਾ ਮਾਸਟਰ ਜੀ, ਉਹ ਉਸਦੇ ਕੋਈ ਜ਼ਿਆਦਾ ਚੋਟ ਨਹੀਂ ਹੈ, ਫਿਰ ਵੀ ਉਹਨੂੰ ਮੌਕੇ 'ਤੇ ਆਪਣੇ ਡਿਪਟੀ ਨੇ ਸੰਭਾਲ ਲਿਆ। ਉਹ ਡਿਪਟੀ ਨੇ ਬੜਾ ਸੋਹਣਾ ਕੰਮ ਕੀਤਾ, ਉਹਨੂੰ ਨਾਲ ਦੀ ਨਾਲ ਚੋਟ ਲੱਗਦਿਆਂ ਹੀ ਚੱਕ ਲਿਆ। ਜੱਟੀ ਨਾ ਕੇ ਪਾਣੀ ਚੋਂ ਨਿਕਲੀ, ਉਹ ਜੱਟੀ ਨਾ ਕੇ ਪਾਣੀ ਚੋਂ ਨਿਕਲੀ। ਉਹ ਬਾਪੂ, ਮਾਟਰ ਕਹਿੰਦਾ ਸੀ ਆਪਦੇ ਬਾਪੂ ਨੂੰ ਲੈ ਕੇ ਆਈ ਨਾਲ ਬੇਬੇ ਨੂੰ। ਉਹ ਤੂੰ ਹੁਣ ਕਿਹੜਾ ਨਯਾ ਚਿੰਨ ਚਾੜਤਾ ਓਏ, ਜ਼ਰੂਰ ਕੁਛ ਕਰਕੇ ਆਇਆ, ਕਿਹੜੇ ਕਾਰੇ ਕਰਿਆ ਤੂੰ? ਮੈਨੂੰ ਪਤਾ ਉਹਨੇ ਕੁਛ ਨਾ ਕੁਛ ਕੋਈ ਗੜਬੜ ਜ਼ਰੂਰ ਕਰੀ ਹੈ ਵੀਰ। ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ, ਮੈਂ ਸਕੂਲ ਤੋਂ ਨਾ ਕੱਢਿਓ ਵੀਰ, ਮੈਨੂੰ ਪਤਾ। ਨਹੀਂ ਗੱਲ ਸੁਣੋ ਮੇਰੀ, ਉਹਨੇ ਜਿੰਨਾ ਮਰਜ਼ੀ ਨੁਕਸਾਨ ਕਰਿਆ ਹੋਏ ਮੈਂ ਸਾਰਾ ਭੁਗਤਣ ਨੂੰ ਤਿਆਰ ਹਾਂ ਵੀਰ, ਬਸ ਉਹਨੂੰ ਸਕੂਲ ਤੋਂ ਨਾ ਕੱਢੋ ਮੇਰਾ ਵੀਰ, ਉਹ ਸ਼ਰਾਰਤੀ ਹੈ, ਮੈਂ ਮੰਨਦਾ। ਮਾਸਟਰ ਜੀ, ਉਹ ਮੈਂ ਕਿਹਾ ਫੌਜੀ ਸਾਹਿਬ, ਨਹੀਂ ਨਹੀਂ ਗੱਲ ਸੁਣੋ ਮੇਰੀ, ਮੈਂ ਜਾਣਾ ਜੀ ਕਚਹਿਰੀ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਤਾਂ ਮਸਾਂ ਹੀ ਤੁਹਾਡੇ ਕੋਲ ਥੋੜ੍ਹਾ ਜਿਹਾ ਚਿਰ ਕੱਢ ਕੇ ਮੈਂ ਆਇਆ। ਗੱਲ ਤਾਂ ਸੁਣੋ ਫੌਜੀ, ਬਸ ਉਹਨੂੰ ਜੋ ਮਰਜ਼ੀ ਹੋ ਜੇ ਜੀ, ਤੁਸੀਂ ਸਕੂਲ 'ਚੋਂ ਨਾ ਕੱਢੋ ਜੀ ਬਸ। ਉਹ ਮੇਰੀ ਗੱਲ ਤਾਂ ਸੁਣੋ ਫੌਜੀ ਸਾਹਿਬ, ਆਪਣਾ ਡਿਪਟੀ ਸਕੂਲ 'ਚੋਂ ਫਸਟ ਆਇਆ ਹੈ। ਇਸ ਸਾਲ ਦਾ ਬਹਾਦਰੀ ਪੁਰਸਕਾਰ ਡਿਪਟੀ ਨੂੰ ਦਿੱਤਾ ਜਾਂਦਾ ਹੈ, ਅਤੇ ਜੋ ਇਸ ਸਾਲ ਸਕੂਲ ਦੀ ਪ੍ਰੀਖਿਆ ਹੋਈ ਹੈ ਉਸਦੇ ਅੰਦਰ ਜੋ ਬੱਚਾ ਫਸਟ ਆਇਆ ਹੈ ਉਸਦਾ ਨਾਮ ਹੈ ਡਿਪਟੀ। ਮੈਂ ਬੇਨਤੀ ਕਰਾਂਗਾ ਕਿ ਮਾਸਟਰ ਵੀਰ ਸਿੰਘ ਜੀ ਅੱਗੇ ਆਉਣ ਅਤੇ ਡਿਪਟੀ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕਰਨ। ਨਿਆਣੇ ਚੁੱਪ ਹੋ ਜਾਓ ਬੱਚਾ, ਬੜੇ ਫਖਰ ਵਾਲੀ ਗੱਲ ਹੈ, ਆਪਣੇ ਸਕੂਲ ਦਾ ਬੱਚਾ ਡਿਪਟੀ ਜਿਹੜਾ ਬਹੁਤ ਸ਼ਰਾਰਤੀ ਹੈ ਪਰ ਉਹ ਮਿਊਜ਼ਿਕ 'ਚ ਫਸਟ ਆਇਆ, ਖੇਡਾਂ 'ਚ ਫਸਟ ਆਇਆ, ਚਾਰੋਂ ਪਾਸੇ ਬਾਗਬਾਨੀ 'ਚ ਵੀ ਫਸਟ ਉਹੀ ਆਇਆ, ਅਤੇ ਮੇਰਾ ਕਹਿਣਾ ਇਹ ਆ ਕਿ ਜੋ ਫਸਟ ਆਇਆ ਤਾਂ ਅੱਜ ਉਹਨੂੰ ਇਨਾਮ ਵੀ ਮਿਲਣਾ ਚਾਹੀਦਾ ਹੈ, ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈਡ ਮਾਸਟਰ ਸਾਹਿਬ ਉਹਨੂੰ ਇਸ ਇਨਾਮ ਨਾਲ ਇੱਕ ਵਾਰ ਹੋਰ ਸਨਮਾਨਿਤ ਕਰਨ। ਡਿਪਟੀ ਆਪ ਤੇ ਆ ਜਾ ਜਿਉਂਦਾਰਾ ਪੁੱਤ, ਜਿਉਂਦਾਰਾ।